ਰਿਪੋਰਟ। ਪੰਜਾਬ ਦੀ ਇਕਲੌਤੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਦਾ ਵਿਵਾਦਾਂ ਨਾਲ ਚੋਲੀ ਦਾਮਨ ਦਾ ਸਾਥ ਰਿਹਾ ਹੈ ਅਤੇ ਉਹ ਕਿਹੜਾ ਸਮਾਂ ਨਹੀਂ ਹੁੰਦਾ ਜਦੋਂ ਇੱਥੇ ਕੋਈ ਵਿਵਾਦ ਨਾ ਹੁੰਦਾ ਹੋਵੇ। ਕਦੀ ਸਿਹਤ ਸੇਵਾਵਾਂ, ਕਦੀ ਮੁਲਾਜ਼ਮਾਂ ਦੀ ਭਰਤੀ ਅਤੇ ਕਈ ਵਿਦਿਆਰਥੀਆਂ ਦੀ ਕਾਉਂਸਲਿੰਗ ਯੂਨੀਵਰਸਿਟੀ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦੀ ਹੈ। ਇਨ੍ਹੀਂ ਦਿਨੀ ਇਹ ਯੂਨੀਵਰਸਿਟੀ ਆਪਣੇ ਮੁਲਾਜ਼ਮਾਂ ਵੱਲੋਂ ਕੀਤੀ ਗਈ ਅਣਮਿੱਥੇ ਸਮੇਂ ਦੀ ਹੜਤਾਲ ਕਾਰਨ ਮੁੜ ਵਿਵਾਦਾਂ ਵਿੱਚ ਆ ਗਈ ਹੈ। ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਮੀਡੀਆ ਨੂੰ ਰੋ ਰੋ ਕੇ ਆਪਣਾ ਦੁੱਖੜਾ ਦੱਸਿਆ। ਮੁਲਾਜ਼ਮ ਵੱਲੋਂ ਪੰਜਾਬ ਸਰਕਾਰ ਅਤੇ ਫਰੀਦਕੋਟ ਦੇ MLA ਕੁਸ਼ਲਦੀਪ ਕਿੱਕੀ ਢਿੱਲੋਂ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਫਰੀਦਕੋਟ ਤੋਂ ਆਜ਼ਾਦ TV ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ। ਅਸੀਂ 3 ਦਿਨਾਂ ਤੋਂ ਇੱਥੇ ਸਟ੍ਰਾਈਕ 'ਤੇ ਬੈਠੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਇਹ ਜਿਹੜੀ ਸਾਡੀ ਸਟ੍ਰਾਈਕ ਹੈ, ਗੋਇੰਦਵਾਲ ਸਾਹਿਬ, ਬਾਦਲ, ਜਲਾਲਾਬਾਦ ਅਤੇ ਫਰੀਦਕੋਟ, ਇਹ ਸਾਰੇ ਜਿਹੜੇ ਸਾਰੇ ਥਾਵਾਂ 'ਤੇ ਹੋ ਰਹੀ ਹੈ। ਸਾਡੀ ਕਲਮ ਛੋੜ ਹੜਤਾਲ ਹੈ, ਕਿਤੇ ਵੀ ਕੋਈ ਕੰਮ ਨਹੀਂ ਹੋ ਰਿਹਾ, ਪੇਸ਼ੈਂਟ ਸਫਰ ਹੋ ਰਹੇ ਆ। ਜਿਹੜਾ ਸਾਡਾ ਕੰਮ ਹੈ ਉਹ ਬੱਚਿਆਂ ਤੋਂ ਲਿਆ ਜਾ ਰਿਹਾ, ਸਟੂਡੈਂਟਸ ਦੇ ਵਿੱਚੋਂ ਉਹ ਕੰਮ ਜਿਹੜਾ ਲਿਆ ਜਾ ਰਿਹਾ। ਉੱਥੇ ਪੇਸ਼ੈਂਟ ਵੀ ਸਫਰ ਹੋ ਰਿਹਾ, ਬੱਚੇ ਵੀ, ਜਾਂ ਜਿਹੜੇ ਪੱਕੇ ਮੁਲਾਜ਼ਮ ਆ ਰੈਗੂਲਰ, ਉਹਨਾਂ ਤੋਂ ਇੱਕ ਜਾਣੇ ਤੋਂ ਤਿੰਨ ਤਿੰਨ ਚਾਰ ਚਾਰ ਬੰਦਿਆਂ ਦਾ ਕੰਮ ਲਿਆ ਜਾ ਰਿਹਾ। ਤਾਂ ਸਾਡੀ ਇਹ ਅਪੀਲ ਹੈ ਕਿ ਸਾਨੂੰ ਇੱਕ ਵਾਰੀ ਸੁਣਿਆ ਜਾਵੇ। VC ਸਰ ਇਹ ਕਹਿ ਕੇ ਪੱਲਾ ਝਾੜ ਦਿੰਦੇ ਆ ਕਿ ਸਰਕਾਰ ਕਰੇਗੀ, ਔਰ ਸਰਕਾਰ ਇਹ ਕਹਿ ਕੇ ਪੱਲਾ ਝਾੜ ਦਿੰਦੀ ਹੈ ਕਿ ਯੂਨੀਵਰਸਿਟੀ ਖੁਦ ਮੁਖਤਿਆਰ ਹੈ। ਸਾਨੂੰ ਇਸ ਉਲਝਣ 'ਚੋਂ ਕੱਢਿਆ ਜਾਵੇ, ਸਾਡੀਆਂ ਮੰਗਾਂ ਨੂੰ ਸੁਣਿਆ ਜਾਵੇ। ਸਰ ਨੇ ਪੁੱਛਿਆ ਤਾਂ ਵੀ ਤੁਹਾਡੇ ਕਿੰਨੇ ਇੰਪਲੋਈ ਕੰਟਰੈਕਚੁਅਲ ਹੈ, ਕਿਉਂਕਿ ਸਰਕਾਰ ਨੇ ਮੈਨੂੰ ਪੁੱਛਿਆ, ਇਹਦਾ ਮਤਲਬ ਸਰਕਾਰ ਕੰਸਰਨਡ ਹੈ। ਜਿਹੜੇ ਕੰਟਰੈਕਚੁਅਲ ਇੰਪਲੋਈ ਇੱਥੇ 256 ਹੈਗੇ, ਉਹਨਾਂ ਨੂੰ ਮੈਂ ਉਹਨਾਂ ਦੀ ਲਿਸਟ, ਉਹਨਾਂ ਦੇ ਨਾਮ ਸਰਕਾਰ ਨੂੰ ਭੇਜੇ ਹੈ। ਸੋ ਜਿਸ ਵੇਲੇ ਵੀ ਸਰਕਾਰ ਇਹ ਫੈਸਲਾ ਕਰੇ ਵੀ ਕੰਟਰੈਕਚੁਅਲ ਇੰਪਲੋਈਜ਼ ਨੂੰ ਅਸੀਂ ਰੈਗੂਲਰ ਕਰਨਾ ਹੈ, ਤਾਂ ਇਹ ਵੀ ਬੰਦੇ ਰੈਗੂਲਰ ਹੋਣ। ਮੁਲਾਜ਼ਮਾਂ ਦੀ ਹੜਤਾਲ ਦੇ ਨਾਲ ਜਿਹੜੇ ਹੋਸਪਿਟਲ ਦੇ ਵਿੱਚ ਮੈਡੀਕਲ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ, ਪਰੇਸ਼ਾਨੀਆਂ ਆ ਰਹੀਆਂ ਨੇ ਮਰੀਜ਼ਾਂ ਨੂੰ, ਉਹਦੇ ਸੰਬੰਧ ਵਿੱਚ ਯੂਨੀਵਰਸਿਟੀ ਵੱਲੋਂ ਕੀ ਕਦਮ ਚੁੱਕੇ ਗਏ? ਮੈਂ ਸਵੇਰਾ ਅੱਜ ਵੀ ਓਪਰੇਸ਼ਨ ਕਰਕੇ ਆਇਆ, ਪਿਛਲੇ ਕੱਲ੍ਹ ਵੀ ਕੀਤਾ ਥਾ, ਔਰ ਉਹਤੇ ਪਿਛਲੇ ਕੱਲ੍ਹ ਵੀ ਕੀਤਾ ਥਾ। ਜੇ ਮੈਂ ਓਪਰੇਸ਼ਨ ਕਰ ਰਿਹਾ ਹੈ ਤਾਂ ਇਹਦਾ ਮਤਲਬ ਮੇਰੇ ਬਾਕੀ ਡਾਕਟਰ ਵੀ ਓਪਰੇਸ਼ਨ ਕਰ ਰਹੇ, ਮਰੀਜ਼ਾਂ ਦਾ ਕੋਈ ਖਾਸ ਨੁਕਸਾਨ ਨਹੀਂ ਹੋ ਰਿਹਾ। ਇਹ ਮੈਨੂੰ ਇਸ ਗੱਲ ਦੀ ਵੀ ਦੱਸਦੇ ਖੁਸ਼ੀ ਹੈ, ਕਿਉਂਕਿ ਇਹ ਕੱਲ੍ਹ ਬੰਦੇ ਸਾਰੇ ਜਿੰਨੇ ਇੰਪਲੋਈ ਥੇ, ਇਹਨਾਂ ਨੇ ਕਿਹਾ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਜਿਹੜੇ ਹਸਪਤਾਲ ਦੀ ਸੇਵਾ ਜਿਹੜੀਆਂ ਬਰਕਰਾਰ ਰਹਿਣ।